ਕੀ ਚੱਲਾ ਕੀ ਬਿਨਾ ਬਿਆਨ ਦੇ ਮਜ਼ਾ ਆ ਰਿਹਾ ਜੇ ਹੁਣੇ ਆ ਛੜਾ ਮਜ਼ਾ ਆ ਰਿਹਾ ਲਾਹੌਰ ਹੁਣ ਅਸੀਂ ਰੁਕੇ ਆ ਪੈਟਰੋਲ ਪੰਪ ਤੇ ਇੱਥੇ ਗੱਡੀ ਦਾ ਪੈਟਰੋਲ ਹੈ ਅੱਗੋ ਬੰਦਿਆਂ ਦਾ ਪੈਟਰੋਲ ਹੈ ਮਸਲਨ ਨਾਸ਼ਤਾ ਬਾਟ ਸਾਹਿਬ ਕਿੱਥੋਂ ਖਾਣਾ ਗੁਜਰਾਲੇ ਤੋਂ ਗੁਜਰਾਲੇ ਤੋਂ ਕਿਹੜਾ ਹੋਟਲ ਹੈ ਉਹ ਵੇਨੇ ਜਗ੍ਹਾ ਦੇ ਹਿਸਾਬ ਨਾਲ ਸਾਡੇ ਨਾਲ ਦੱਸਣੇ ਆ ਕਿਹੜੇ ਤੇ ਤੁਸੀਂ ਸਾਡੇ ਨਾਲ ਜੁੜਿਆ ਰਹਿਣਾ ਤੇ ਮਜ਼ਾ ਆਵੇ ਦਾ ਤੁਹਾਨੂੰ ਕੀ ਬਾਤ ਚਲੋ ਜੀ ਜੁੜਿਆ ਰਹਿਣਾ ਵੀ ਦਾ ਇਹ ਜਾਂਚੀ ਆ ਕਜਾਂਚੀ ਸਾਡਾ ਜੀ ਆ ਇਹ ਲੈ ਕਹਿਣ ਦਿੱਤੀ ਕਹਿ ਨਹੀਂ ਦਿੱਤੀ ਤੁਹਾਨੂੰ ਆਪਣਾ ਆਪ ਪਤਾ ਕਰ ਤੋਏ ਜੋ ਹਮਲਾ ਲਾਜ ਕਰ ਲੈਨੇ ਆ ਮੈਂ ਤੂਰੀ ਦਾ ਉੱਪਰ ਲੈਣ ਦੇ देखे जी हमारे ड्राइवर ने कहा है कि 3 घंटे में हम लाहौर पहुंच जाएंगे आप चूची मीची नहीं करें सरदार बलवी अली सरदार कै मने आया ਵਲਵੀ ਅਲੀ ਸਰਦਾਰ ਵਲਵੀ ਅਲੀ ਸਰਦਾਰ ਮੁਨ ਕਰ ਮੇਰੇ ਪੀਰ ਅਲੀ ਦਾ ਜਾ ਕੇ ਆਪਣਾ ਟੈਸਟ ਕਰਾਵੇ ਮੁਨ ਕਰ ਮੇਰੇ ਪੀਰ ਅਲੀ ਦਾ ਜਾ ਕੇ ਆਪਣਾ ਟੈਸਟ ਕਰਾਵੇ ਚੰਗੀਆਂ ਮਾਵਾਂ ਵਾਲੇ ਰੱਖਦੇ ਚੰਗੀਆਂ ਮਾਵਾਂ ਵਾਲੇ ਰੱਖਦੇ ਨਾਲ ਅਲੀ ਦੇ ਪਿਆਰੇ ਮਨਿਆਂ ਨਹੀਂ ਮਨਿਆਂ ਮਿੱਤਰਾਂ ਹੁਣ ਅਸੀਂ ਨਾਸ਼ਤੇ ਵਾਸਤੇ ਇੱਥੇ ਅਸੀਂ ਲੋਕ ਹੈ ਜਗ੍ਹਾ ਦਾ ਸਾਨੂੰ ਕੋਈ ਪਤਾ ਨਹੀਂ ਕੀ ਟੇਸਟ ਹੈ ਕਿ ਉਹ ਨਾਸ਼ਤਾ ਕਰਕੇ ਤੁਹਾਨੂੰ ਦੱਸਾਂ ਦੇ ਬਾਕੀ ਆਹ ਸਾਨੂੰ ਮਜ਼ਾ ਕਿਸ ਆਇਆ ਤੁਸਾਂ ਨਿਹਰਾ ਸਾਡੇ ਨਾਲ ਰਹਿਣਾ ਤੁਹਾਨੂੰ ਅੱਜ ਯਕੀਨ ਕਰੋ ਬੜਾ ਮਜ਼ਾ ਆਉਣਾ ਹੈ ਬਤਾਨੇ ਆ ਰਹਾ ਹੈ ਖੁਦਾ ਕਿਆ
کے گھر میں تھا قبضہ بتوں کا خدا کے گھر میں تھا قبضہ بتوں کا علی قبضہ چھڑانے آ رہا ہے علی قبضہ چھڑانے محمد نے کہا محفوظ ہوں میں مجھے حیدر بچانے آ چل ماجو دی سنا چھڑ کوئی میں وہ سناؤ نا گھر سے جڑا نہیں اچھا جی اسی آئے ہاں مسجد وزیر خان ویکھن یقین کرو با اتنے اسی بار جان ہوئے ہاں اندر انہاں دے امام مسجد آن تے اور بھی جڑے ایتھے مقامی لوگ نے بہت ہی اخلاق انتہائی بےہودہ اخلاق ہے بولنے دی تمیز ہی نہیں تسی آرام نہ آکھ سکدے ہو فوٹو نہیں لو یا کیمرے نال تسی فوٹو نہیں بنا سکتے انہاں نے سان ہر چیز تو ہی منع کر دیتا ایون کہ وہ آدھے با تسی اندر آ کے تسی نماز پڑھو با جماعت حالانکہ اسی نماز پڑھ چکے ہیں کیوں اسی مسافر ہاں مسافر دی نماز ہی قصر ہے اسی پھر دوبارہ وہی نماز پھر دوبارہ انہوں نے پڑھیے انہوں نے آخیا ہے بس سان فوٹو تھی بنا لین دیو تھوڑیاں جی بہرحال انتہائی افسوس ہوا جی
ਇਸ ਜਗ੍ਹਾ ਤੇ ਜਾ ਕੇ ਜਗ੍ਹਾ ਬਹੁਤ ਅੱਛੀ ਹੈ ਮਾਸ਼ਾਅੱਲਾ ਮਸਜਿਦ ਬਹੁਤ ਪੁਰਾਣੀ ਹੈ ਬਹੁਤ ਖੂਬਸੂਰਤ ਹੈ ਵੇਖਣ ਵਾਲੀ ਹੈ ਇਹਦੇ 'ਚ ਜਿਹੜਾ ਨਾ ਇਹਦੀ ਫੋਟੋਗ੍ਰਾਫੀ ਸਾਡਾ ਵੀ ਦਿਲ ਆਈ ਅਸੀਂ ਬੜੀ ਦੂਰ ਤੋਂ ਆਏ ਇਤਨਾ ਸਫ਼ਰ ਕਰਕੇ ਆਏ ਇਸ ਵਾਸਤੇ ਬਹਰਹਾਲ ਅਸੀਂ ਬੜੇ ਜਿਹੜਾ ਨਾ ਡਿਸਾਰਡ ਹੋਏ ਹਾਂ ਇਹਨਾਂ ਦੀ ਬਾਦ ਇਖਲਾਕੀ ਦੀ ਵਜ੍ਹਾ ਸਾਰੇ ਬੱਚਿਆਂ ਨੇ ਮੂੰਹ ਬਣਿਆ ਬੱਚੇ ਦਾ ਮੂੰਹ ਬਣਿਆ ਹਾਂਜੀ ਹਾਂਜੀ ਬਿਨਾਂ ਸੋਡੇ ਕੀ ਰਿਵਿਊ ਹੈ ਜੀ ਮਸਜਿਦ ਵਜ਼ੀਰ ਖਾਨ ਦਾ ਬਹੁਤ ਚਮਲਾ ਬਹੁਤ ਇਨਕਾ ਜੋ ਹੈ ਨਾ ਬਹੁਤ ਜ਼ਿਆਦਾ ਗਲਤ ਹੈ ਬਹੁਤ ਜ਼ਿਆਦਾ ਬਦਤਮੀਜ਼ੀ ਕੀਤੀ ਹੈ ਉਹਨਾਂ ਨੇ ਹਮਸੇ ਵਰਕ ਕਰਾਂਗੇ ਤੇ ਬਹੁਤ ਜਲਦ ਵਾਪਸ ਆਏਗੇ ਨੈਕਸਟ ਈਅਰ